अस्सलाम वालेकुम व्यूअर्स, की हाल है? उम्मीद कर रहा हूँ सारे ठीक ठाक होवोगे। सत श्री अकाल, नमस्ते। मेरा नाम है मोहम्मद सआदत और मेरे नाल ने मोहम्मद नदीम, मोहम्मद नदीम साहब जी। आज असी बड़े हैप्पी हैं, आज असी बड़े अच्छे मूड विच हैं। उसकी वजह की है, तुसी टाइटल दे विच सारा कुछ देख लिया होगा, नूर दी टिकटॉक। नूर दी टिकटॉक वेख के तो किहड़ा बंदा हसे ना, खास होवे भी पंजाबी। वो पंजाब दे विच एडा मशहूर हो गया है, सिर्फ इंडियन पंजाब दे विच नहीं बल्कि साढ़े पाकिस्तान पंजाब दे विच भी इन्ना ज़्यादा मशहूर हो गया कि सानू उहदे उत्ते टिकटॉक दा रिएक्शन करना। अज असी नूर दे टैलेंट ते इंशाल्लाह तआला गल करांगे कि किन्ना टैलेंट है उस बच्चे दे विच। पंजाब च टैलेंट है, पंजाब दे विच टैलेंट है, दुनिया नूं इह सब मनना पैना, हर एक नूं मनना पैना कि उहनां अगले दुनिया दे विच यानी कि पंजाब दे विच जिन्ना टैलेंट है वह यानी कि होर कितें नहीं इन्ना टैलेंट पाया जांदा। इन्ना टैलेंट नहीं है, नहीं पाया जांदा। ते सो असी अज असी वीडियो शुरू करने आ। वीडियो शुरू करन तों पहले असी कहांगे कि जिहड़े साडे नवें चैनल ते हैगे नवें व्यूअर्स ने उन्हां नूं असी कहांगे साडा चैनल नूं सबसक्राइब करो ते बैल आइकन दा बटन भी नपाओ। उहदा इह होएगा कि तुहानूं साडी नवीं आउण वाली वीडियो जिहड़ी होएगी उह तुहानूं जल्दी मौसूल हो जाया करेगी। ते साडी वीडियो नूं लाइक भी करो और थल्ले कमेंट भी दिओ। चलो शुरू करते हैं, इंशाल्लाह ताला तुहाडे वास्ते इस तों यानी कि बेहतरीन किस्म दीआं वीडियो जिहड़ीआं उह बणाउंदे रहीए। हाँ जी, तो चलो शुरू करने आ। हाँ हाँ, पुछ पुछ, मैं कढ दूं वाटर सवाल वाले। ओ केड़ा काम है जेड़ा अंत तक गल नहीं हो सकदा? वेल्डिंग दा ना, गल तो सनियारियां दा ना, हजे भी गल दा। अच्छा चल तू दस दे फिर, मोटे दिमाग दी ऐन का दे काम आ। सही है, ये सही है। पहले मोटे ए दस दी, पहला आलू दुनिया दा किथे पाया गया सी? ਮੈਨੂੰ ਤਾਂ ਪਤਾ ਨਹੀਂ, ਚੋੜੀਆਂ ਨਸਾਂ ਲੈ ਜ਼ਮੀਨ ਦੇ ਥੱਲੇ ਪੈ ਗਿਆ ਸੀ। ਜ਼ਮੀਨ ਦੇ ਥੱਲੇ ਪੈ ਗਿਆ ਸੀ ਪਾਗਲ, ਤੂੰ ਜੀ ਪਾਗਲ ਤੂੰ। ਓ ਨੂਰ, ਚੱਲ ਇਹ ਦੱਸ, ਮੱਝ ਵੱਡੀ ਹੁੰਦੀ ਆ ਕਿ ਅਕਲ? ਉੜਦੇ ਉੜਦੇ ਜਹਾਜ਼ ਦਾ ਨਾ ਟਾਇਰ ਪੰਚਰ ਹੋ ਗਿਆ ਤੇ ਸਾਰੇ ਮੁਸਾਫਰ ਰੌਲਾ ਪਾਉਣ ਲੱਗ ਗਏ। ਅੱਛਾ, ਫਿਰ ਕੀ ਹੋਇਆ ਭਰਾਵਾ? ਫਿਰ ਮੈਂ ਖਿੱਚ ਕੇ ਬ੍ਰੇਕਾਂ ਮਾਰੀਆਂ, ਫਿਰ ਕੀ ਹੋਣਾ ਯਾਰ, ਰਜਾਈ ਪਾੜ ਗਈ। ਨਹੀਂ ਪਰ ਉਹ ਬੱਚਾ ਵੱਧ ਹੈ, ਬੱਚਾ ਜ਼ਿਆਦਾ ਅੱਛਾ। ਨਹੀਂ, ਬੱਚੇ ਦਾ ਟੈਲੈਂਟ ਜਿਹੜਾ ਹੁੰਦਾ ਤਾਂ ਕੋਈ ਜਵਾਬ ਹੀ ਨਹੀਂ ਹੈ, ਬੱਚੇ ਦਾ ਟੈਲੈਂਟ ਉਹਦੇ ਟੈਲੈਂਟ ਦੀ ਕੋਈ ਜਵਾਬ ਨਹੀਂ। ਦੇਖੋ ਦੇਖੋ ਕੀ ਹੋਇਆ, ਚਸਲੇ ਰੋਈ ਕਿਤੇ ਜਾਂਦੀ ਆ? ਕੀ ਹੋਣਾ ਬੱਟੇ ਦਾ, ਸਵੇਰ ਤੋਂ ਫੋਨ ਚਾਰਜ ਲਾਇਆ ਵਾ। ਅੱਛਾ, ਤੇ ਉਹ 100 ਰੁਪਏ ਤੋਂ ਕਮ ਵਧਿਆ ਹੀ ਨਹੀਂਗਾ। ਕੀ ਵੱਡੀਆਂ ਵੱਡੀਆਂ ਅੱਖਾਂ। ਬੱਚੇ ਉਹ ਜਿਹੜਾ ਇੱਕ ਦੂਜੇ ਦੇ ਕੰਮ ਆਵੇ ਨਾ ਉਹਨੂੰ ਚੰਗਾ ਇਨਸਾਨ ਕਹਿੰਦੇ ਆ। ਟੀਚਰ ਜੀ, ਤੁਸੀਂ ਪੇਪਰਾਂ ਵੇਲੇ ਤਾਂ ਚੰਗੇ ਬਣਦੇ ਨਹੀਂਗਾ, ਨਾ ਕਿ ਸੜੋ ਬਣ ਦਿੰਨੇ ਆ। ਗੱਲ ਅਖੀਰ ਕਰਦਾ ਨਹੀਂ ਬਹੁਤ ਜ਼ਿਆਦਾ ਯਾਨੀ ਕਿ ਸੋ ਨੂਰ, ਤੈਨੂੰ ਗਰਮੀ ਨਹੀਂ ਲੱਗਦੀ? ਮੈਨੂੰ ਨਹੀਂ ਗਰਮੀ ਕੋਈ ਨਹੀਂ ਲੱਗਦੀ, ਮੇਰੇ ਸਾਡੇ ਘਰੇ ਤਾਂ ਏਸੀ ਲੱਗਾ। ਉਹ ਜਾ ਜਾ, ਤੁਹਾਡੇ ਘਰੇ ਕਦੋਂ ਏਸੀ ਲੱਗਾ ਵਾ? ਝੂਠ ਮਾਰੀ ਜਾਂਦਾ ਵਾ। ਚੜੀਆਂ ਨਸਾਂ ਵਾਲਿਆਂ, ਮੈਂ ਏਸੀ ਦੀ ਫੋਟੋ ਨੈਟ ਤੋਂ ਡਾਊਨਲੋਡ ਕਰ ਲੈਣਾ ਹੁੰਦਾ। ਅਮੇਜ਼ਿੰਗ ਨੂਰ, ਅੱਜ ਕੋਈ ਖੜਾ ਹੋ ਕੇ ਨਾ ਬੋਲੀ ਸੁਣਾ। ਲੋ ਟੀਚਰ ਜੀ, ਸੁਣਾ ਫਿਰ। ਆਓ ਸੁਣਾਓ ਬੇਟਾ, ਸੁਣਾਓ ਸੁਣਾਓ। ਦੋ ਤਾਰਾ ਪਿੱਤਲ ਦੀਆਂ। ਵਾਹ 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 ਵਾਹ, ਦੋ ਤਾਰਾ ਪਿੱਤਲ ਦੀਆਂ। ਵਾਹ 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 ਵਾਹ, ਜਿਹੜਾ ਤੁਸੀਂ ਪੜ੍ਹਾਉਂਦੇ ਸਾਡੇ ਮੂੰਹ ਚੋਂ ਗਾਲਾਂ ਨਿਕਲਦੀਆਂ। ਕੀ ਆ
ओ नूर आ के करी जाना तू मेनू किसे ने आया क्या सी चादर वे के पैर पर हारने चाहिए आ अच्छा ते आगे करी जाना तू फिर चादर ते मेरे को पहन जा ते पैर तो ये पैर का थला गया वा ਡਾਇਲੋਗ ਜਿਹੜੇ ਬੋਲਦਾ ਕਿਤੇ ਉਹਨਾਂ ਨੇ ਹੈ ਕੋਈ ਟੈਲੈਂਟ ਛੋਟਾ ਵੀ ਟੈਲੈਂਟ ਅੱਗੇ ਪਿੱਛੇ ਹੋ ਜਾਏ ਜਿਹੜਾ ਉਹ ਮੁੰਡਾ ਉਹ ਬੈਠਾ ਚੱਲ ਚੱਲ ਕਰੀਏ ਹਿਸਾਬ ਕਿਤਾਬ ਦੇ ਉਹ ਸ਼ਰਾ ਤੇਰਾ ਡੈਡੀ ਕਿੱਥੇ ਆ ਕੀ ਕੀ ਗੱਲ ਆ ਵੀ ਸਾਬ ਜੀ ਤੇਰਾ ਡੈਡੀ ਕੱਲ ਸਾਨੂੰ ਦੇ ਕੇ ਆਇਆ ਨਾ ਘਰੇ ਉਹ ਚ ਕੀੜੇ ਨਿਕਲੇ ਆ ਇਹ ਤਾਂ ਕਰਮਾਂ ਦੀ ਗੱਲ ਆ ਕੱਲ ਨੂੰ ਮੋਟਰਸਾਈਕਲ ਵੀ ਨਿਕਲ ਸਕਦਾ ਕੁਝ ਵੀ ਨਿਕਲ ਸਕਦੀ ਹੈ ਮੋਟਰਸਾਈਕਲ ਵੀ ਨਿਕਲ ਸਕਦੀ ਇਹਦੇ ਵਿੱਚ ਕਿਹੜੀ ਗੱਲ ਹੈ अच्छा तेनु पता वा 5 करोड़ का सी अच्छा की सवाल पूछा तेनु उन्होंने ओ कहंदे हुन उंदा नाम दस जेड़ा महीने बाद नांदा फिर तू की किया मैं 5 करोड़ नु लात मारती तेरा नाम नहीं लिया ਕਿਉਂ ਕੀ ਹੋਇਆ ਵਾ ਮੋਟੇ ਅਜੇ ਤੈਨੂੰ ਪਤਾ ਵਾ ਮੋਕੇ ਕੋਲ ਬਹੁਤ ਵੱਡਾ ਐਕਸੀਡੈਂਟ ਹੋਇਆ ਵਾ ਅੱਛਾ ਕੀ ਹੋ ਗਿਆ ਅੱਜ ਅੜਦਾ ਹਵਾਈ ਜਹਾਜ਼ ਘਰੇ ਆਉਂਦਾ ਡੱਗ ਪਿਆ ਅੱਛਾ ਸਵਾਰੀਆਂ ਬਚ ਗਈਆਂ ਸੀ ਨਹੀਂ ਨਹੀਂ ਕਿਸੇ ਦੇ ਨਹੀਂ ਸਾਡੇ ਵਤੀ ਉਹਦੇ ਕਿਸੇ ਨੇ ਅਖਬਾਰ ਦਵਾਇਆ ਕਿ ਛੱਡਿਆ ਸੀ ਬੱਚਾ ਕੁਝ ਖਾਣ ਨੂੰ ਦੇ ਦੋ ਆ ਕਿਹੜਾ ਆ ਗਿਆ ਮੋਟਾ ਜਿਹਾ ਕੋਈ ਆ ਜਾ ਮੈਂ ਵੇਖ ਕੇ ਹੁੰਨੇ ਆ ਕੀ ਚਾਹੀਦਾ ਵਾ ਪੁੱਤ ਮੈਨੂੰ ਰੋਟੀ ਲਿਆ ਦੇ ਮੈਨੂੰ ਬਹੁਤ ਭੁੱਖ ਲੱਗੀ ਆ ਬਾਬਾ ਸਵੇਰ ਵਾਲੀ ਰੋਟੀ ਖਾ ਲੇਗਾ ਹਾਂ ਹਾਂ ਪੁੱਤ ਲਿਆ ਦੇ ਮੈਂ ਉਹੀ ਖਾ ਲੂੰਗਾ ਚੰਗਾ ਫਿਰ ਸਵੇਰੇ ਆਈ ਲੋ ਜੀ ਇਹ ਸੀ ਨੂਰ ਦੀ ਟਿਕਟੋਕ ਦੀ ਵੀਡੀਓ ਨੂਰ ਪਾਕਿਸਤਾਨ ਦੇ ਵਿੱਚ ਛਾ ਗਿਆ ਬਿਲਕੁਲ ਜੀ ਬਿਲਕੁਲ ਅਮੇਜ਼ਿੰਗ ਟੈਲੈਂਟ ਯਾਰ ਬਿਲਕੁਲ ਬਹੁਤ ਟੈਲੈਂਟ ਹੈ ਬੱਚੇ ਦੇ ਵਿੱਚ ਬਿਲਕੁਲ ਇੰਨਾ ਟੈਲੈਂਟ ਹੈ ਕਿ ਸਾਡੇ ਤੁਸੀਂ ਸਟੇਟਸਾਂ ਦੇ ਉੱਤੇ ਦੇਖੋ ਤੇ ਉਹਦੇ ਉੱਤੇ ਵੀ ਨੂਰ ਦੀ ਟਿਕਟੋਕ ਪਾਕਿਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਵੀ ਬੜਾ ਛਾ ਗਿਆ ਹੋਇਆ ਬਿਲਕੁਲ ਛਾ ਗਿਆ ਬਿਲਕੁਲ ਇੰਨਾ ਜ਼ਿਆਦਾ ਛਾ ਗਿਆ ਵੈ ਕਿ ਹਰ ਦੂਜੇ ਤੀਜੇ ਬੰਦੇ ਦੀ ਤੁਸੀਂ ਮੋਬਾਈਲ ਖੋਲ੍ਹ ਕੇ ਦੇਖ ਲਓ ਤੇ ਨੂਰ ਟਿਕਟੋਕ ਹੀ ਲੱਗਾ ਵਾ ਬਿਲਕੁਲ ਇਹੀ ਚੀਜ਼ਾਂ ਲੱਗੀਆਂ ਬਿਲਕੁਲ ਐਸ ਰਹੀਆਂ ਜੀ ਤੇ ਅੱਛਾ ਇਹ ਜਿਹੜੀ ਵੀਡੀਓ ਜੋ ਇਹਨੇ ਕੀਤਾ ਵਾ ਕੋਈ ਨਵੀਂ ਚੀਜ਼ ਨਹੀਂ ਇਹਨੇ ਕੀਤੀ ਇਹ ਕੋਈ ਸਾਨੂੰ ਫਾਰਸੀ 'ਚ ਨਹੀਂ ਕਰਦਾ ਪਿਆ ਇਹ ਕੋਈ ਸਾਨੂੰ ਇੰਗਲਿਸ਼ ਜ਼ਬਾਨ 'ਚ ਨਹੀਂ ਕਰਨ ਦਿਆ ਇਹ ਸਾਨੂੰ ਸਾਡੇ ਆਪਣੇ ਕਲਚਰ ਦੇ ਵਿੱਚੋਂ ਚੀਜ਼ਾਂ ਲੈ ਕੇ ਸਾਨੂੰ ਹਸਾਉਣ ਦਿਆ ਵਾ ਬਿਲਕੁਲ ਅਤੇ ਅਸੀਂ ਆਪਣੇ ਕਲਚਰ 'ਚੋਂ ਇੰਨੇ ਦੁਖੀ ਹੋਏ ਪਏ ਹਾਂ ਕਿ ਯਾਰ ਅਸੀਂ ਯੂਰਪ ਜਾਣਾ ਚਾਹੁੰਦੇ ਹਾਂ ਅਸੀਂ ਉੱਧਰ ਜਾਣਾ ਚਾਹੁੰਦੇ ਹਾਂ ਅਸੀਂ ਇਹ ਚੀਜ਼ਾਂ ਛੱਡਣਾ ਚਾਹੁੰਦੇ ਹਾਂ ਅਸੀਂ ਉਰਦੂ ਮੀਡੀਅਮ ਹੋ ਗਏ ਸਾਡੇ ਸਕੂਲ ਉਰਦੂ ਮੀਡੀਅਮ ਹੋ ਗਏ ਹਰ ਚੀਜ਼ ਸਾਡੀ ਉਰਦੂ ਮੀਡੀਅਮ ਹੋ ਗਈ ਅਤੇ ਬਸ ਮੈਂ ਇਹੀ ਕਹਾਂ ਕਿ ਯਾਰ ਸਾਨੂੰ ਆਪਣੇ ਕਲਚਰ ਵਿੱਚ ਸਾਨੂੰ ਆਪਣੀ ਪੱਗ ਨਹੀਂ ਛੱਡਣੀ ਚਾਹੀਦੀ ਸਾਨੂੰ ਆਪਣੀ ਜ਼ਬਾਨ ਨਹੀਂ ਛੱਡਣੀ ਚਾਹੀਦੀ ਮੈਂ ਇੱਧਰ ਦੇ ਪਾਕਿਸਤਾਨ ਦੇ ਲੋਕਾਂ ਨੂੰ ਵੀ ਕਹਾਂਗਾ ਕਿ ਯਾਰ ਤੁਸੀਂ ਦੂਸਰੇ ਜਿਹੜਾ ਪੰਜਾਬ ਹੈ ਉੱਧਰ ਤੁਸੀਂ ਦੇਖੋ ਕਿ ਉਹ ਆਪਣੀ ਪੱਗ ਵੀ ਪਾ ਰਹੇ ਨੇ ਉਹ ਆਪਣੀ ਇਸੇ ਤਰ੍ਹਾਂ ਹੀ ਮਾਂ ਬੋਲੀ ਜ਼ਬਾਨ ਜਿਹੜੀ ਪੰਜਾਬ ਦੇ ਵਿੱਚ ਰਿਹਾ ਕਿ ਪੰਜਾਬੀ ਵੀ ਬੋਲਦੇ ਪਏ ਨੇ ਹਰ ਚੀਜ਼ ਕਰਦੇ ਪਏ ਨੇ ਲੇਕਿਨ ਪਾਕਿਸਤਾਨ ਦੇ ਵਿੱਚ ਪੰਜਾਬੀ ਜ਼ਿਆਦਾ ਨਹੀਂ ਬੋਲੀ ਜਾ ਰਹੀ ਜ਼ਿਆਦਾ ਇੰਗਲਿਸ਼ ਮੀਡੀਅਮ ਉਰਦੂ ਮੀਡੀਅਮ ਅੱਲ ਹੀ ਲੋਕ ਜਾ ਰਹੇ ਨੇ ਮੈਂ ਬਸ ਜ਼ਿਆਦਾ ਟਾਈਮ ਨਹੀਂ ਲਵਾਂਗਾ ਤੁਹਾਡਾ ਇਜਾਜ਼ਤ ਚਾਹੁੰਦਾ ਤੁਹਾਨੂੰ ਅਗਲੀ ਵੀਡੀਓ ਵਾਸਤੇ ਅੱਲਾ ਹਾਫਿਜ਼